ਸ਼ਸ਼ੀਕਾਲ ਜੀ ਸਾਰਿਆਂ ਨੂੰ, ਮੈਂ ਮਮਤਾ ਆਰਸ ਗਲੋਬਲ ਇਮੀਗ੍ਰੇਸ਼ਨ ਤੋਂ। ਜਿਵੇਂ ਕਿ ਸਭ ਨੂੰ ਪਤਾ ਹੈ ਕਿ ਮਿਹਨਤ ਤੋਂ ਹਮੇਸ਼ਾ ਕੋਈ ਨਾ ਕੋਈ ਭਾਗ ਲੱਗਦਾ ਹੀ ਲੱਗਦਾ ਹੈ, ਤੇ ਉਹਨਾਂ ਵਿੱਚੋਂ ਹੀ ਤੁਸੀਂ ਰੀਸੈਂਟਲੀ ਵੀਜ਼ਾ ਸਾਡੇ ਦੇਖਿਆ ਕਿ ਸਾਡੇ 24+ ਵੀਜ਼ਾ ਆਏ ਨੇ। ਉਹਨਾਂ ਵਿੱਚੋਂ ਇੱਕ ਸਟੂਡੈਂਟ ਮੇਰੇ ਕੋਲ ਬੈਠਾ ਹੈ, ਨਵਜੋਤ ਕੌਰ, ਜਿਹਨੇ ਕਿ ਆਪਣਾ ਯੂਕੇ ਦਾ ਸਟੂਡੈਂਟ ਵੀਜ਼ਾ ਜਿਹੜਾ ਪ੍ਰਾਪਤ ਕੀਤਾ ਹੈ। ਸੋ ਨਵਜੋਤ ਕੌਰ, ਪਹਿਲੀ ਗੱਲ ਤੇ ਮੈਨੀ ਮੈਨੀ ਕਾਂਗਰੈਚ ਟੂ ਯੂ। ਥੈਂਕ ਯੂ। ਸੋ ਤੁਸੀਂ ਦੱਸੋ ਆਪਣੀ ਫੀਲਿੰਗਸ, ਕਿੱਦਾਂ ਦਾ ਫੀਲ ਕਰ ਰਹੇ ਹੋ ਵੀਜ਼ਾ ਦੇਖ? ਮੈਂ ਬਹੁਤ ਖੁਸ਼ ਹੈਗੀ ਹਾਂ, ਅੱਜ ਮੈਂ ਆਪਣੇ ਤੋਂ ਵੀਜ਼ਾ ਪ੍ਰਾਪਤ ਕੀਤਾ ਹੈਗਾ। ਜਦੋਂ ਫਸਟ ਟਾਈਮ ਮੈਂ ਇੱਥੇ ਆ ਕੇ ਕੰਸਲਟ ਕੀਤਾ ਸੀ ਮਨੀਸ਼ਾ ਮੈਮ ਨੂੰ, ਮੇਰੇ ਮਨ ਵਿੱਚ ਥੋੜਾ ਜਿਹਾ ਡਾਊਟ ਸੀ ਕਿ ਮੇਰਾ ਗੈਪ ਹੈਗਾ ਹੈ, ਸ਼ਾਇਦ ਮੇਰਾ ਵੀਜ਼ਾ ਨਹੀਂ ਆਏਗਾ, ਪਰ ਮੈਨੂੰ ਬਹੁਤ ਵਧੀਆ ਗਾਈਡ ਕੀਤਾ ਗਿਆ। ਮੈਂ ਉਸ ਤੋਂ ਬਾਅਦ ਰਾਹੀ ਸਰ ਨੂੰ ਮਿਲੀ, ਉਹਨਾਂ ਨੂੰ 100% ਗਾਰੰਟੀ ਦਿੱਤੀ ਕਿ ਤੁਹਾਡਾ ਵੀਜ਼ਾ ਆਏਗਾ। ਅੱਜ ਮੈਂ ਬਹੁਤ ਖੁਸ਼ ਹੈਗੀ ਹਾਂ ਕਿ ਮੈਂ ਆਪਣੇ ਤੋਂ ਵੀਜ਼ਾ ਲੈ ਕੇ ਜਾ ਰਹੀ ਹਾਂ। ਕਿਆ ਬਾਤ ਹੈ ਜੀ। ਨਵਜੋਤ ਜੀ, ਆਪਣੀ ਪ੍ਰੋਫਾਈਲ ਜੇ ਤੁਸੀਂ ਵੀਡੀਓਜ਼ ਨੂੰ ਦੱਸਣਾ ਚਾਹੋ ਤੇ ਪਲੀਜ਼, ਬਹੁਤ ਖੁਸ਼ੀ ਹੋਏਗੀ ਸਾਨੂੰ ਜੇ ਤੁਸੀਂ ਦੱਸੋਗੇ। ਯੈਸ ਮੈਮ, ਮੈਂ BA/BEd ਪਾਸ ਆਊਟ ਹੈਗੀ ਹਾਂ 2015 ਦੀ। ਉਸ ਤੋਂ ਬਾਅਦ ਮੇਰਾ ਗੈਪ ਹੈਗਾ ਸੀ, ਫਿਰ ਮੈਂ 2019 ਵਿੱਚ IELTS ਕੀਤੀ, ਓਵਰਆਲ 6 ਬੈਂਡ ਸੀ, ਨਾਟ ਲੀਸ ਦੈਨ 5.5। ਸੋ ਕਿਤੇ ਨਾ ਕਿਤੇ ਡਰ ਜ਼ਰੂਰ ਹੈਗਾ ਸੀ ਕਿ ਸ਼ਾਇਦ ਮੇਰਾ ਗੈਪ ਹੈਗਾ, ਮੇਰਾ ਵੀਜ਼ਾ ਨਹੀਂ ਆਏਗਾ, ਪਰ ਮੈਂ ਬਹੁਤ ਖੁਸ਼ ਹੈਗੀ ਹਾਂ IELTS ਗਲੋਬਲ ਇਮੀਗ੍ਰੇਸ਼ਨ ਦੀ ਟੀਮ ਦੀ। ਥੈਂਕਫੁਲ ਹੈਗੀ ਹਾਂ ਕਿ ਮੈਨੂੰ ਅੱਜ ਵੀਜ਼ਾ ਮਿਲਿਆ ਹੈਗਾ, ਮੈਂ ਬਹੁਤ ਖੁਸ਼ ਹਾਂ। ਸੋ ਵਿਊਅਰਸ, ਇੱਕ ਗੱਲ ਧਿਆਨ ਰੱਖਿਓ, ਜਿੱਦਾਂ ਰਾਹੀ ਸਰ ਤੁਹਾਨੂੰ ਸਾਰਿਆਂ ਨੂੰ ਕਹਿੰਦੇ ਰਹਿੰਦੇ ਨੇ ਕਿ ਭਾਵੇਂ ਗੈਪ ਹੈ, ਵੀਜ਼ਾ ਕਿੱਦਾਂ ਲੈਣਾ ਉਹ ਸਾਨੂੰ ਪਤਾ, ਉਹ ਲੈ ਕੇ ਵੀ ਦਿਖਾਉਂਦੇ ਨੇ, ਜਿਹਦਾ ਰਿਜ਼ਲਟ ਹੈ ਤੁਹਾਡੇ ਸਾਹਮਣੇ ਹੈ ਕਿ 2015 ਪਾਸ ਆਊਟ ਨੇ। ਸੋ ਤੁਸੀਂ ਨਵਜੋਤ ਜੀ ਸਾਡੇ ਵਿਊਅਰਸ ਨੂੰ ਕੀ ਕਹਿਣਾ ਚਾਹੁੰਦੇ ਹੋ? ਮੈਂ ਇਹੀ ਕਹਿਣਾ ਚਾਹਾਂਗੀ ਕਿ ਇੱਕ ਵਾਰ ਜ਼ਰੂਰ ਇੱਥੇ IELTS ਗਲੋਬਲ ਇਮੀਗ੍ਰੇਸ਼ਨ ਕੋਲ ਆਓ, ਇੱਥੇ ਆ ਕੇ ਕੰਸਲਟ ਕਰੋ, ਤੁਸੀਂ ਕਦੇ ਵੀ ਨਿਰਾਸ਼ ਨਹੀਂ ਹੋਵੋਗੇ। ਇਸ ਦਾ ਸਬੂਤ ਇਹ ਮੇਰਾ ਵੀਜ਼ਾ ਹੈਗਾ, ਮੈਂ ਬਹੁਤ ਖੁਸ਼ ਹੈਗੀ ਹਾਂ ਕਿ ਮੈਂ ਇੱਥੇ ਆਈ ਤੇ ਆਪਣਾ ਵੀਜ਼ਾ ਲਗਾ ਕੇ ਜਾ ਰਹੀ ਹਾਂ। ਕਿਆ ਬਾਤ ਹੈ ਜੀ, ਥੈਂਕ ਯੂ ਸੋ ਮਚ ਨਵਜੋਤ ਜੀ। ਸੋ ਵਿਊਅਰਸ, ਤੁਸੀਂ ਨਵਜੋਤ ਕੌਰ ਦਾ ਆਪਣਾ ਐਕਸਪੀਰੀਅੰਸ ਦੇਖਿਆ, ਬਾਕੀ ਜਾਣਕਾਰੀ ਲਈ ਅਗਰ ਤੁਸੀਂ ਵੀ ਇੰਟਰਸਟਿਡ ਹੋ, ਕਿਉਂਕਿ ਯੂ ਨੈਵਰ ਨੋ ਨੈਕਸਟ ਕੈਨ ਬੀ ਯੂ। ਸੋ ਫੋਰ ਫਰਦਰ ਕੁਐਰੀਜ਼ ਪਲੀਜ਼ ਕਾਲ 70509 ਫੋਰ ਯੂਰ ਬੈਟਰ ਮੈਂ। ਥੈਂਕ ਯੂ ਸੋ ਮਚ।